ਹਾਂਜੀ, ਵਾਹਿਗੁਰੂ ਜੀ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪਣੇ ਨਾ ਆਪਣੇ ਪਿੱਛੇ ਮੀਂਹ ਪਿਆ ਸੀ ਅਤੇ ਮੈਂ ਉਹਦੀ ਵੀਡੀਓ ਪਾਈ ਸੀ ਮੈਂ ਪਿੱਛੇ ਕੇ 29 ਤਰੀਕ ਨੂੰ। ਅਤੇ 29 ਤਰੀਕ ਨੂੰ ਮੀਂਹ ਪੈਣ ਦੇ ਕਾਰਨ ਸ਼ਾਮ ਨੂੰ ਰਾਤ ਦੇ ਵੇਲੇ ਹਾੜੀ ਤੁਸੀਂ ਦੇਖ ਰਹੇ ਹੋ ਨਾ, 2-3 ਤਾਰਾਂ ਵੈਸੇ ਹਨੇਰਾ ਹੋ ਗਿਆ ਹੈ। ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਕਲੀਅਰ ਦਿਖਾਉਣ ਦੀ। ਅਤੇ ਆ 2-3 ਤਾਰਾਂ ਇੱਥੇ ਗਿਰ ਗਈਆਂ ਸੀ ਆਪਣੇ, ਅਤੇ ਪਿੱਛੇ ਕਿ ਮੈਂ ਸ਼ਹਿਰਗੜ੍ਹ ਗਿਆ ਹੋਇਆ ਜੀ, ਇੱਥੇ ਆ ਕੇ 2 ਤਾਰਾਂ ਗਿਰੀਆਂ ਸੀ। ਅਤੇ ਮੂਹਰੇ ਜਿਹੜੇ ਨੌਜਵਾਨ ਮੁੰਡੇ ਸਾਡੇ ਪਿੰਡ ਦੇ, ਉਹਨਾਂ ਨੇ ਦੇਖੀਆਂ ਨੇ ਤਾਰਾਂ, ਜਿੱਥੇ ਇਕੱਠੇ ਉਹਨਾਂ ਨੇ ਕਰ ਲਿਆ ਸੀ ਵੀ ਤਾਰ ਡਿੱਗ ਗਿਆ, ਅਤੇ ਅੱਧੇ ਪਿੰਡ ਲੜ ਭੱਜ ਗਈ ਸੀ। ਹਾਲਾਂਕਿ ਸਾਡੇ ਨਾ ਇੱਕ ਟਰਾਂਸਪੋਰਟ ਲੱਗਿਆ ਹੋਇਆ ਪਿੱਛੇ, ਲੱਗਿਆ ਟਰਾਂਸਪੋਰਟ, ਇੱਥੇ ਮੈਂ ਵੀਡੀਓ ਬਣਾਈ ਸੀ ਮੈਂ, ਅਤੇ ਬਾਕੀ ਉਹ 2 ਉੱਧਰ ਡਿੱਗੇ ਹੋਏ ਨੇ ਪਰਲੇ ਸਾਈਡ। ਅਤੇ ਹਾਲਾਂਕਿ ਇਹਦੇ ਵਿੱਚ ਲੋਡ ਕਾਫੀ ਆ ਜਾਂਦਾ ਹੈ ਦੀਦੀ, ਅਤੇ ਜਦੋਂ ਆਉਂਦੀ ਆ ਅਤੇ ਇਹਨਾਂ ਨੂੰ ਅੱਜ ਆਪਣੇ ਕਰਾਈਏ ਸਰਵਿਸ, ਰਿਪੇਅਰ ਹੋਏ ਨੇ 3-4 ਤਾਰਾਂ ਦੀ ਟੁੱਟੀਆਂ ਦੀ, ਅਤੇ ਇਹਨਾਂ ਨੂੰ ਆਪਾਂ ਲਗਾਈਆਂ ਨੇ। ਅਤੇ ਅੱਜ ਲਾਈਟ ਆਈ ਆ ਕਿਉਂਕਿ ਸਵੇਰ ਦੀ ਲਾਈਟ ਭੱਜੀ ਹੋਈ ਸੀ, ਅਤੇ ਗਰਮੀ ਦੇ ਕਾਰਨ ਸਾਰਿਆਂ ਨੂੰ ਬੜੀ ਪਰੇਸ਼ਾਨੀ ਹੋਈ ਸੀ। ਅਤੇ ਅੱਜ ਆਈ ਆ ਅਤੇ ਲਾਈਟ, ਅਤੇ ਅੱਜ ਇਹਨਾਂ ਨੇ ਸਾਰਿਆਂ ਨੇ ਆਰਾਮ ਕੀਤਾ। ਅਤੇ ਤੁਹਾਡੇ ਪਿੰਡ 'ਚ ਕੋਈ ਹਾਦਸਾ ਹੁੰਦਾ ਵਾ, ਉਹਨੂੰ ਪਹਿਲੇ ਆਪਣਾ ਨੋਟ ਕਰਾ ਲਓਗੇ, 2-3 ਜਣਿਆਂ ਦੀਆਂ ਇਹਦੇ ਉੱਤੇ ਜਾਨਾਂ ਬੱਜਣ ਤੋਂ ਬਚ ਗਈਆਂ ਨੇ। ਹੋਣ ਕੇ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਕਰੋ ਵੱਧ ਤੋਂ ਵੱਧ, ਉਹ ਚੈਨਲ ਪਾਉਣ ਨੂੰ ਧੰਨਵਾਦ।